ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਲਕਾ ਫਲੋਰ ਦੀ ਕਾਨੂੰਨ ਵਿਵਸਥਾ ਦੀ ਆਪਾਂ ਗੱਲ ਲਗਾਤਾਰ ਕਰਦੇ ਰਹਿੰਦੇ ਹਾਂ, ਕਿਉਂਕਿ ਅਜਿਹਾ ਕੋਈ ਹਫ਼ਤਾ ਨਹੀਂ ਲੰਘਦਾ ਜਿਹਦੇ ਵਿੱਚ ਕੋਈ ਵਾਰਦਾਤ, ਚੋਰੀ ਦੀ, ਲੁੱਟ ਖੋਹ ਦੀ ਇਹੋ ਜਿਹੀ ਨਾ ਹੋਵੇ। ਥਾਣਾ ਗੁਰੈਆ ਦਾ ਪਿੰਡ ਰੋੜਕਾ ਕਲਾਂ, ਜਿਹਦੇ ਵਿੱਚ ਲਗਾਤਾਰ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਆ ਰਹੀਆਂ ਹੈਗੀਆਂ। ਅੱਜ ਦੁਪਹਿਰੇ ਕਰੀਬ 12 ਵਜੇ ਦੇ ਕਰੀਬ ਇੱਕ ਬਜ਼ੁਰਗ ਮਾਤਾ, ਜਿਹਦੀ ਉਮਰ ਕੋਈ 75 ਤੋਂ 80 ਸਾਲ ਦੇ ਕਰੀਬ ਹੈਗੀ ਆ, ਇਕੱਲੀ ਪੱਤੀ ਬੁੱਲਾ ਗਈ ਪਿੰਡ ਰੋੜਕਾ ਕਲਾਂ, ਜੋ ਕਿ ਸੰਘਣੀ ਆਬਾਦੀ ਦੇ ਵਿੱਚ ਉਹਨਾਂ ਦਾ ਘਰ ਪੈਂਦਾ ਹੈਗਾ। ਬਜ਼ੁਰਗ ਮਾਤਾ ਇਕੱਲੀ ਰਹਿੰਦੀ ਆ ਅਤੇ ਦੋ ਅਣਪਛਾਤੇ ਨੌਜਵਾਨ ਜਿਹੜੇ ਆ ਮੋਟਰਸਾਈਕਲ 'ਤੇ ਆਉਂਦੇ ਆ। ਚੁਬਾਰੇ ਦੇ ਉੱਪਰ ਮਾਤਾ ਬਜ਼ੁਰਗ ਰਹਿੰਦੀ ਆ, ਉਹ ਚੁਬਾਰੇ ਦੇ ਉੱਪਰ ਚੜ੍ਹ ਕੇ ਜਾ ਕੇ ਉਹਦੇ ਕੰਨਾਂ 'ਤੇ ਜਿਹੜੀਆਂ ਵਾਲੀਆਂ ਉਹ ਉਤਾਰ ਦਿੰਦੇ ਹੈਗੇ ਆ। ਸੋ ਇੱਕ ਸੰਘਣੀ ਆਬਾਦੀ ਦੇ ਵਿੱਚ ਇਹ ਜਿਹੜੀ ਵਾਰਦਾਤ ਵਾਪਰੀ ਆ, ਇਹਦਾ ਮਤਲਬ ਹੈ ਪੰਜਾਬ ਦੇ ਘਰਾਂ ਦੇ ਵਿੱਚ, ਪਿੰਡਾਂ ਦੇ ਆਪਣੇ ਘਰਾਂ ਦੇ ਵਿੱਚ, ਚੁਬਾਰਿਆਂ ਦੇ ਵਿੱਚ ਬੈਠੇ ਜਿਹੜੇ ਸਾਡੇ ਬਜ਼ੁਰਗ ਹੈਗੇ ਜਾਂ ਪਰਿਵਾਰਕ ਮੈਂਬਰ ਹੈਗੇ ਆ, ਜਾਂ ਕੋਈ ਵੀ ਜਿਹੜਾ ਪਛੰਦਾ ਹੈਗਾ ਪਰਿਵਾਰ ਦਾ, ਉਹ ਤਾਂ ਆਪਣੇ ਘਰ ਦੇ ਵਿੱਚ ਬੈਠੇ ਵੀ ਸੁਰੱਖਿਅਤ ਨਹੀਂ ਮਹਿਸੂਸ ਕਰ ਰਿਹਾ। ਸੋ ਇਹ ਵਾਰਦਾਤਾਂ ਇਹੋ ਜਿਹੀਆਂ ਘਟਨਾਵਾਂ ਦੱਸਦੀਆਂ ਆ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਜਾਂ ਕਾਨੂੰਨ ਦੇ ਹਾਲਾਤ ਜਿਹੜੇ ਆ ਉਹ ਬਹੁਤ ਬਦਤਰ ਤੋਂ ਬਦਤਰ ਹੋ ਚੁੱਕੇ ਆ, ਅਤੇ ਜਿਹੜੇ ਕੋਈ ਵੀ ਜਿਹੜਾ ਇਨਸਾਨ ਆਪਣੇ ਘਰਾਂ ਦੇ ਵਿੱਚ ਵੀ ਸੇਫ ਨਹੀਂ ਹੈਗਾ। ਸੋ ਇਹ ਬਜ਼ੁਰਗ ਮਾਤਾ, ਮਾਤਾ ਗੁਰਮੇਜ ਕੌਰ, ਪਤਨੀ ਸਰਦਾਰ ਗੁਰਦੇਵ ਸਿੰਘ, ਪਤੀ ਬੁੱਲਾ ਕੇ ਪਿੰਡ ਰੋੜਕਾ ਕਲਾਂ ਵਿਖੇ ਅੱਜ ਵਾਪਰੀ ਜਿਹੜੀ ਘਟਨਾ ਹੈਗੀ ਆ, ਉਹਦੇ ਨਾਲ ਜਿੱਥੇ ਕਾਨੂੰਨ ਵਿਵਸਥਾ ਜਿਹੜਾ ਆ ਉਹਦੀ ਇੱਕ ਵਾਰ ਫਿਰ ਪੋਲ ਖੁੱਲ੍ਹ ਗਈ ਆ, ਕਿ ਚਾਹੇ ਬਹੁਤ ਵੱਡੇ ਦਾਅਵੇ ਦਾਵੇ ਸਰਕਾਰਾਂ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਆ ਦੇ ਜਿਹੜੇ ਦਿੱਤੇ ਜਾਂਦੇ ਹੈਗੇ ਆ, ਪਰ ਇਹ ਜਿਹੜੀ ਘਟਨਾਵਾਂ ਦੱਸਦੀਆਂ ਕਿ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਮਾੜੀ ਆ, ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਵੀ ਸੁਰੱਖਿਅਤ ਨਹੀਂ ਹੈਗੇ। ਬਜ਼ੁਰਗ ਮਾਤਾ ਨੇ ਇਹ ਘਟਨਾ ਬਾਰੇ ਕੀ ਕਿਹਾ ਅਤੇ ਪਿੰਡ ਦੇ ਲੋਕਾਂ ਦਾ ਇਹਦੇ ਬਾਰੇ ਕੀ ਵਿਚਾਰ ਹੈ ਜਾਂ ਕੀ ਉਹ ਕਹਿੰਦੇ ਆ, ਇਹ ਸਾਰੀ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਮਾਤਾ ਜੀ, ਕੀ ਨਾਮ ਕੀ ਤੁਹਾਡਾ ਜੀ? ਗੁਰਮੇਲ ਕੌਰ। ਗੁਰਮੇਲ ਕੌਰ? ਹਾਂਜੀ, ਗੁਰਮੇਜ ਕੌਰ। ਗੁਰਮੇਜ ਕੌਰ, ਹਾਂਜੀ। ਕੀ ਹੋਇਆ ਕਿ ਅੱਜ ਕਹਿੰਦੇ ਵਾਲੀਆਂ ਤੁਹਾਡੀ ਲਾ ਲਈਆਂ? ਹਾਂਜੀ, ਉਹ ਮੈਂ ਤਾਂ ਉੱਥੇ ਬੈਠੀ ਹਾਂ ਵਿਹੜੇ 'ਤੇ, ਹਾਂਜੀ, ਕੁਰਸੀ 'ਤੇ ਜਿੱਦਾਂ ਇੱਦਾਂ ਬੈਠੀ ਹਾਂ, ਦੋ ਮੁੰਡੇ ਨਰਮ ਜਿਹੇ ਸੀ ਚੜ੍ਹੇ ਆ, ਚੜ੍ਹ ਕੇ ਤਾਂ ਮੇਰੇ ਮੂਹਰੇ ਖੜ ਗਏ। ਜਦ ਮੈਂ ਉਹਨਾਂ ਦੇ ਮੂੰਹ ਵੱਲ ਚਾਕੀ ਤਾਂ ਦੂਆ ਕਹਿੰਦੇ ਲਾਲਾਂ ਵਾਲੀਆਂ, ਇਹ ਵੀ ਮੈਂ ਕਿਹਾ ਤੁਸੀਂ ਕੌਣ ਆ, ਤੁਹਾਨੂੰ ਕਹਿਣ ਭੇਜਿਆ? ਕਹਿੰਦੇ ਨਿੰਦਰ ਸੁਨਿਆਰੇ ਨੇ। ਇੰਨੀ ਗੱਲ ਹੈ ਪੁੱਤ ਦਾ, ਉਹਨੇ ਮੈਨੂੰ ਕੁਛ ਕਿਹਾ ਨਾ, ਮੈਂ ਕਿਹਾ ਬਸ। ਤੁਸੀਂ ਇਕੱਲੇ ਰਹਿੰਦੇ ਆ ਇੱਥੇ? ਹਾਂ, ਮੈਂ ਇਕੱਲੀ ਆ। ਕਿੰਨੇ ਤੋਲੇ ਦੀਆਂ ਸੀਗੀਆਂ ਵਾਲੀ ਤੁਹਾਡੀਆਂ? ਹੋਣਗੇ ਤੋਲੇ ਦੇ ਤਾਂ ਘੱਟਾ ਹੀ ਹੋਣੀਆਂ ਆ, ਜਿਹੜੀ ਸਿਆਣਿਆਂ ਦੇ ਪਾਈਆਂ ਹੁੰਦੀਆਂ ਰੰਗ ਦੇ। ਅੱਛਾ ਜੀ, ਆਹੋ। ਤੇ ਪੁਲਿਸ ਵਾਲੇ ਆਏ ਸੀਗੇ ਦੇਖ ਗਏ ਪਾਕਾ? ਹਾਂ, ਉਦੋਂ ਤੋਂ ਤਿੰਨ ਵਾਰੀ ਅੱਜ ਆਏ। ਅੱਛਾ ਅੱਛਾ, ਮੈਂ ਤਾਂ ਕਿਹਾ ਕੋਈ ਨਿਆਣਾ ਹੀ ਜਾ, ਕਈ ਵਾਰ ਬਿਜਲੀ ਵਾਲੇ ਨੂੰ ਸੱਦਿਆ ਹੁੰਦਾ, ਕਈ ਵਾਰ ਟੂਟੀਆਂ ਵਾਲੇ ਨੂੰ, ਵੀ ਇਹ ਅਗਲੇ ਸੁਨੇਹਾ ਦੇ ਦਿੱਤਾ ਹੋਣਾ ਵੀ ਬਿਜਲੀ ਦਾ ਕੰਮ ਕਰਿਆ ਉਹ, ਵੀ ਇਹ ਉਹ ਮੈਨੂੰ ਨਹੀਂ ਬਹੁਤ ਸ਼ੱਕ ਹੋਈ ਵੀ ਇਹ ਚੋਰ ਆ। ਉਹਨਾਂ ਬਾਲੀਆਂ ਰਹਿਣ ਤੋਂ ਬਾਅਦ, ਮੇਰਾ ਮੂੰਹ ਬੰਦ ਕਰਨ ਤੋਂ ਬਾਅਦ ਮੈਂ ਜਿਹੜੇ ਕੱਪੜੇ ਚੁੱਕੇ ਨਾ, ਤਾਂ ਫਿਰ ਮੈਨੂੰ ਪਤਾ ਲੱਗਾ, ਮੈਂ ਫਿਰ ਰੌਲੀ ਪਾਉਂਦੀ ਇੱਥੇ ਬਾਅਦ ਤੱਕ ਹੀ ਨੂੰ ਆਈ ਹੈ। ਕਿਹੜੇ ਦੋ ਜਣੇ ਸੀਗੇ ਮੁੰਡੇ? ਦੋ ਜਣੇ ਸੀ। ਮੂੰਹ ਮਾ ਬੰਨੇ ਸੀ ਉਹਨਾਂ ਦੇ? ਨਹੀਂ, ਉਦਾਂ ਹੀ ਸਰਵੇ ਕਹਿੰਦੇ ਬੰਨੇ, ਟੋ ਇੱਕ ਦਾ ਟੋਪੀ ਸੀ, ਇੱਕ ਹੁੰਦਾ ਸੀ। ਅੱਛਾ ਜੀ, ਬਸ ਉਹ ਸਿਰੋਂ ਪਾ ਜਿਹੜੇ ਖੱਟੇ ਹੁੰਦੇ ਆ, ਹਾਂਜੀ, ਉਹਦੇ ਕੋਲ ਸੀ, ਉਹਨੇ ਏਦਾਂ ਫੜ ਕੇ ਮੈਂ ਖੜਾ ਸੀ, ਉਹ ਮੈਂ ਦੇਖਿਆ, ਮੈਂ ਕਿਹਾ ਤਾਂ ਰੱਖੀ ਆ, ਉਹ ਝੜ ਦੇਣੀ ਏਦਾਂ ਕਰ ਸਾ ਮੇਰੇ ਮੂੰਹ ਮੂੰਹ ਕੀਤਾ ਵੀ ਜ਼ੋਰ ਨਾਲ ਮੇਰੇ ਖੂਨ ਨਿਕਲਦਾ ਰਿਹਾ, ਪਤਾ ਨਹੀਂ ਕਿੱਥੋਂ ਦੱਸ ਹੁੰਦੇ। ਕੰਨਾਂ 'ਚੋਂ ਆਪੇ ਲਾ ਕੇ ਲੈ ਗਏ ਉਹ? ਆਪੇ ਬੁੱਧਰ ਹੁੰਦੇ ਬੜੇ, ਮੈਂ ਉਹਨਾਂ ਨੇ ਕਿਹਾ ਹੀ ਨਹੀਂ ਕੁਛ। ਦਿਖਾ ਲਓ ਤਾਂ ਕੰਨ ਆਪਣਾ ਮਾੜਾ ਜਿਹਾ, ਕੰਨ ਦਿਖਾ ਦਿਓ, ਕੰਨ ਦਿਖਾਓ ਆਪਣਾ, ਕੰਨ ਚੁੰਨੀ ਚੱਕ ਕੇ ਕੰਨ ਆਪ ਹੀ ਲਾਏ ਆ, ਉਹਦੀ ਲਾ ਕੇ ਇੱਕ ਉਸ ਜੇਬ 'ਚ ਪਾ ਲਈ, ਇੱਕ ਉਸ 'ਚ ਪਾ ਲਈ ਆ, ਫਿਰ ਮੈਨੂੰ ਪਤਾ ਲੱਗਾ ਵੀ ਇਹ ਚੋਰ ਆ। ਅੱਜ ਹੀ ਸਾਡੇ ਪਿੰਡ ਰੋੜਕਾ ਕਲਾਂ ਪੱਤੀ ਬੁੱਲੇ ਕੀ ਲਾਗੇ ਡੇਰਾ ਬਾਬਾ ਭਾਈ ਸਾਧੂ
ਜੋ ਕਿ ਬਜ਼ੁਰਗ ਮਾਤਾ ਰਹਿੰਦੇ ਆ, ਉਹਨਾਂ ਦੇ ਬੱਚੇ ਬਾਹਰ ਆ, ਮਾਤਾ ਗੁਰਦੀਪ ਕੌਰ 70 ਸਾਲ ਦੇ ਕਰੀਬ ਉਮਰ ਆ, ਅਤੇ ਹਾਲਾਤ ਇੰਨੇ ਮਾੜੇ ਹੋ ਗਏ ਜੀ, ਹੁਣ ਘਰਾਂ 'ਚ ਵੜ ਕੇ ਵਾਲੀਆਂ ਲਾਉਣ ਲੱਗ ਪਿਆ ਜੀ। ਅੱਗੇ ਤਾਂ ਗਲੀਆਂ ਚਵੇਰਿਆਂ 'ਚ ਹੁੰਦਾ ਸੀ, ਚੁਰਸਤਿਆਂ 'ਚ ਹੁੰਦਾ ਸੀਗਾ, ਹੁਣ ਤਾਂ ਘਰਾਂ ਦੇ ਵਿੱਚ ਵੜ ਕੇ ਲਾਉਣ ਲੱਗ ਪਏ। ਬਹੁਤ ਮਾੜੇ ਹਾਲ ਆ, ਕਾਨੂੰਨ ਵਾਸਤਾ ਬਿਲਕੁਲ ਬੇੜਾ ਬੈਠਾ ਆ, ਨਾ ਕੋਈ ਨਸ਼ੇ ਨੂੰ ਰੋਕਿਆ, ਅਤੇ ਬਹੁਤ ਬੁਰਾ ਹਾਲ ਆ। ਅਤੇ ਇਹਦੇ 'ਤੇ ਅਸੀਂ ਚਾਹੁੰਦੇ ਹਾਂ ਵੀ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਵਧੀਆ ਢੰਗ ਤਰੀਕੇ ਨਾਲ ਹੋਵੇ।